ਫਿਰ ਕੇ ਵੇਖੀ ਛਾਵਣੀ ਦੱਖਣ ਲੈਂਦੇ ਨਜ਼ਰ ਆਉਂਦੀ ਆ ਐਵੇਂ ਯਾਰ ਤੇਰੀ ਜਾਨ ਕੱਲੀ ਐਵੇਂ ਸੱਜਣਾ ਸੀ ਭੇਕ ਬਦਾਮ ਮੀਆਂ ਸਾਹਿਬ ਨੇ ਆਖਿਆ ਜੇਲ੍ਹ ਮਘਾਟੂ ਛੇਕੋ ਪੈਂਦਾ ਮੀਰ ਪਰੇ ਸੀ ਦੱਖਣ ਖੜੀ ਮੁਲਕ ਵਿੱਚ ਲੋੜ ਜਿਹੜੇ ਉਹ ਤਲਬ ਬੰਦੇ ਦੀ ਰੱਖਣ ਕਲਰ ਸ਼ੋਰ ਮਾੜੀ ਜੀਵੀ ਐ ਵਾਂਗ ਖਰਾਬਾ ਆਕੇ ਬੈਕਟ ਪਾਲ ਨਹੀਂ ਸਕਦੀ ਕਾਹਦੇ ਲੈ ਕੇ ਗੁਲਾਬਾ ਨਿਯਤ ਕੀਤੀ ਮੈਂ ਵੀ ਲਿਆ ਨਿਯਤ ਕੀਤੀ ਮੈਂ ਵੀ ਆ ਸੁਣੇਗਾ ਸੁਲੇਮਾਨ ਭਾਰ ਸਲਾਮ ਕਰਨ ਆਇਆ ਬਈ ਗਲੀ ਕੱਸੀ ਲਾ ਕੇ ਮੁੜੇ ਚੁੱਕ ਖਲੋਇਆ ਕਈ ਤਰ੍ਹਾਂ ਦੇ ਗਵਾਂ ਕੀਤੀਆਂ ਨੇ ਅਜੇ ਵੀ ਸਮਝ ਵਿੱਚ ਨਹੀਂ ਆਇਆ ਬਸ ਕਰ ਹਾਂ ਤੂੰ ਹੈ ਮਜ਼ਾਰਾ ਸਾਹਿਬ ਨੂੰ ਸ਼ੇਰ ਸੁਣਾਇਆ ਹੁਣ ਬਣਾਇਆ ਪਰ ਜਿਹੜੀ ਦਲੀਲ ਕਰਨਾ ਤੇ ਹੋ ਜਾਏਗਾ ਕੰਮ ਪੁੱਤਰ ਕੰਮ ਤੇਰਾ ਹੋ ਜਾਏਗਾ ਆਹੋ ਤੇਰੀ ਕਿਸਮਤ ਜਿਹੜਾ ਆ ਗਿਆ ਕੰਮ ਤੇਰਾ ਹੋ ਜਾਏ ਜਿਸ ਦਲੀਲ ਦੇ ਵਿੱਚ ਫਸ ਹੈ ਇਨਸ਼ਾਅੱਲਾ ਹੋ ਜਾਏਗਾ ਹਾਂ ਮੈਂ ਵੀ ਦਰਬਾਰ ਤੇ ਰਹਿਣਾ ਇੱਕ ਹੋਰ ਬਾਬਾ ਗੋਗਰ ਸ਼ੇਰ ਸਾਨੂੰ ਵੀ ਦੱਸੋ ਮੈਂ ਤੁਹਾਡੇ ਕੋਲ ਨਹੀਂ ਉੱਧਰ ਦਾ ਉੱਪਰ ਦੇ ਤੇਰਾ ਕੰਮ ਹੀ ਅੱਗੇ ਬੜਾ ਅੱਜ ਕੀਤਾ ਹੀ ਬਾਹਰ ਦਾ ਸਫ਼ਰ ਆ ਤੇਰਿਆਂ ਨਸੀਬਾਂ 'ਚ ਲਿਖਿਆ ਅੱਜ ਕੀਤਾ ਹੀ ਔਰ ਕਿਸਮਤ ਚੰਗੀ ਤਾਂ ਨੌਕਰੀ ਪਿਆ ਦਿੰਦਾ ਸਬਰ ਇੱਕ ਕੀਤਾ ਇੱਕ ਦੋ ਇੱਕੋ ਹੀ ਯਕੀਨਾਂ ਦੋ ਨੇ ਗੱਲ ਬੱਚੇ ਕਿੰਨੇ ਨੀ ਦੋ ਬੱਚੇ ਤਿੰਨ ਬੇਟੀਆਂ ਵਾਹ ਸਾਰਾ ਦੁਆ ਮੰਗੋ ਮਖਾਨਿਆਂ ਦਾ ਸੁਭਾਵ ਮਖਾਨਿਆਂ ਦਾ ਸੁਭਾਵ ਜੋ ਕੁ ਮੈਂ ਪੜ੍ਹਿਆ ਇਸਦਾ ਸੁਭਾਵ ਹਜ਼ਰਤ ਸੁਲੇਮਾਨ ਪਾਰਸ ਵਾਸੇ ਖੁਦਾ ਦੇ ਤਫਰ ਹਜ਼ਰਤ ਬਾਬਾ ਗੋਗਰ ਸ਼ੀਰ ਹਜ਼ਰਤ ਸੁਲੇਮਾਨ ਪਾਰਸ ਦੋਵਾਂ ਨੇ ਰੂਹ ਨੂੰ ਬਖਸ਼ਿਆ ਅੱਲਾ ਪਾਕ ਫਜ਼ਲ ਕਰੇ ਅੱਲਾ ਬਰਕਤ ਪਾਏ ਅੱਲਾ ਪਾਕ ਤੇਰੇ ਦਿਲ ਅੱਲਾ ਪੂਰੀ ਪੂਰੀ ਕਰੇ ਨਾ